ਪਿਆਰੇ ਵਿਦਿਆਰਥੀਓ ਤੁਹਾਡੇ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਜਮਾਤ 7ਵੀਂ ਦੀ ਪੰਜਾਬੀ ਦਾ ਪਾਠ ਕਿਰਤ ਦਾ ਸਤਕਾਰ ਸਭ ਤੋਂ ਪਹਿਲੇ ਅਸੀਂ ਕਰਾਂਗੇ ਇਕਾਂਗੀ ਦਾ ਸਾਰ ਕਿਰਤ ਦਾ ਸਤਕਾਰ ਇਕਾਂਗੀ ਡਾਕਟਰ ਹਰਚਰਨ ਸਿੰਘ ਦੀ ਲਿਖੀ ਹੋਈ ਹੈ ਇਸ ਇਕਾਂਗੀ ਵਿੱਚ ਉਸ ਨੇ ਹੱਥੀ ਮਿਹਨਤ ਕਰਨ ਤੇ ਸਤਕਾਰ ਬਾਰੇ ਦੱਸਿਆ ਬਸ ਦੀ ਉਡੀਕ ਵਿੱਚ ਕੁਝ ਮੁਸਾਫਿਰ ਖੜੇ ਸਨ ਇੱਕ ਸੇਠ ਆਕੇ ਪੁੱਛਦਾ ਹੈ ਕਿ ਕਿਹੜੀ ਬੱਸ ਲੰਗੀ ਹੈ ਉਸਨੇ 13 ਨੰਬਰ ਬੱਸ ਵਿੱਚ ਜਾਣਾ ਸੀ ਕਿਸ ਸੇਠ ਨਾਲ ਗੱਲਾਂ ਕਰਦਾ ਹੈ ਸੇਠ ਨੂੰ ਆਪਣੇ ਅਮੀਰ ਹੋਣ ਦਾ ਮਾਣ ਹੈ ਉਹ ਜਲਦੀ ਜਾਣਾ ਚਾਹੁੰਦਾ ਹੈ ਤਾਂ ਜੋ ਉਸ ਦਾ ਬਹੁਤ ਨੁਕਸਾਨ ਨਾ ਹੋ ਜਾਵੇ ਇੰਨੇ ਨੂੰ ਇੱਕ ਬੂਟ ਪਾਲਿਸ਼ ਕਰਨ ਵਾਲਾ ਲੜਕਾ ਆਉਂਦਾ ਹੈ ਉਹ ਉੱਥੇ ਖੜੀ ਇੱਕ ਈਸਤਰੀ ਨੂੰ ਸੈਂਡਲ ਪਾਲਿਸ਼ ਕਰਾਉਣ ਲਈ ਬੇਨਤੀ ਕਰਦਾ ਹੈ। ਪਹਿਲਾ ਈਸਤਰੀ ਉਸ ਲੜਕੇ ਵੱਲੋਂ ਮਾਤਾ ਜੀ ਕਹਿੰਤੇ ਗੁੱਸੇ ਹੋ ਜਾਂਦੀ ਹੈ। ਪਰੰਤੂ ਫਿਰ ਉਸ ਕੋਲ ਸੈਂਡਲ ਪਾਲਿਸ਼ ਕਰਵਾਉਣ ਲੱਗ ਪੈਂਦੀ ਹੈ। ਉਸ ਦੇ ਪੁੱਛਣ ਤੇ ਪਾਲਿਸ਼ ਵਾਲਾ ਲੜਕਾ ਉਸ ਨੂੰ ਦੱਸਦਾ ਹੈ ਕਿ ਉਸ ਦਾ ਪਿਤਾ ਨਹੀਂ ਹੈ। ਉਸ ਦੀ ਮਾਂ ਲੋਕਾਂ ਦੇ ਕੱਪੜੇ ਸਿੰਦੀ ਹੈ। ਅਤੇ ਉਹ ਬੂਟ ਪਾਲਿਸ਼ ਕਰਕੇ ਆਪਣੀ ਪੜਾਈ ਜੋਗੇ ਪੈਸੇ ਜੋੜਦਾ ਹੈ। ਉਹ ਇਸਤਰੀ ਉਸ ਨਾਲ ਹਮਦਰਦੀ ਜਤਾਉਂਦੀ ਹੈ। ਪਾਲਿਸ਼ ਕਰਨ ਵਾਲਾ ਲੜਕਾ ਦੱਸਦਾ ਹੈ ਕਿ ਸਾਡੇ ਮੁਲਕ ਵਿੱਚ ਕਿਰਤ ਨੂੰ ਆਦਰ ਨਾਲ ਨਹੀਂ ਦੇਖਿਆ ਜਾਂਦਾ। ਹੱਥੀ ਕੰਮ ਕਰਨ ਵਾਲੇ ਨੂੰ ਕੰਮੀ ਕਹਿੰਦੇ ਹਨ। ਕਿਸ ਉਸ ਲੜਕੇ ਦੀ ਤਾਰੀਫ ਕਰਦਾ ਹੈ। ਇਸਤਰੀ ਉਸ ਲੜਕੇ ਨੂੰ 50 ਪੈਸੇ ਦਿੰਦੀ ਹੈ। सेठ स्त्री ਨੂੰ ਕਹਿੰਦਾ ਹੈ ਕਿ ਉਸਨੇ ਵੀ ਬੂਟ ਪਾਲਿਸ਼ ਕਰਾਉਣੇ ਸੀ ਪਰੰਤੂ ਉਸ ਇਸਤਰੀ ਨੇ 50 ਪੈਸੇ ਦੇ ਕੇ ਭਾਅ ਵਿਗਾੜ ਦਿੱਤਾ ਹੈ ਲੜਕਾ ਸੇਠ ਦੇ ਬੂਟ ਘੱਟ ਪੈਸੇ ਵਿੱਚ ਪਾਲਿਸ਼ ਕਰਨ ਲਈ ਵੀ ਕਹਿੰਦਾ ਹੈ ਪਰ ਸੇਠ ਨਹੀਂ ਮੰਨਦਾ ਆਖਰ ਲੜਕਾ ਸੇਠ ਨੂੰ ਬੂਟ ਪਾਲਿਸ਼ ਕਰਾਉਣ ਲਈ ਮਨਾ ਲੈਂਦਾ ਹੈ ਸੇਠ ਬੂਟ ਪਾਲਿਸ਼ ਕਰਾ ਕੇ ਸਿਰਫ 25 ਪੈਸੇ ਦਿੰਦਾ ਹੈ ਲੜਕੇ ਉਹ ਲੋਕ ਕੱਟ ਪੈਸੇ ਕਹਿੰਦੇ ਸੇਠ ਉਸ ਨੂੰ ਬੂਟ ਦਾ ਠੁੱਡਾ ਮਾਰ ਦਿੰਦਾ ਹੈ ਲੜਕਾ ਰੋਣ ਲੱਗ ਜਾਂਦਾ ਹੈ ਉਸ ਸਮੇਂ ਮਾਸਟਰ ਜੀ ਅਤੇ ਉਸ ਨਾਲ ਦੋ ਤਿੰਨ ਲੜਕੀ ਉੱਥੇ ਆ ਜਾਂਦੇ ਹਨ ਉਹ ਸੇਠ ਨੂੰ ਗੁੱਸੇ ਹੁੰਦੇ ਹਨ ਮਾਸਟਰ ਜੀ ਸੇਠ ਨੂੰ ਦੱਸਦੇ ਹਨ ਇਹ ਪਾਲਿਸ਼ ਕਰਨ ਵਾਲਾ ਮੁੰਡਾ ਉਹਨਾਂ ਦਾ ਵਿਦਿਆਰਥੀ ਹੈ ਅਤੇ ਉਸ ਨੇ ਉਸ ਨੂੰ ਠੁੱਡਾ ਮਾਰ ਕੇ ਉਸ ਨਾਲ ਵਧਿੱਕੀ ਕੀਤੀ ਹੈ ਮਾਸਟਰ ਜੀ ਵੱਲੋਂ ਥਾਣੇ ਜਾਣ ਬਾਰੇ ਕਹਾਂਤੇ ਸੇਠ ਡਰ ਜਾਂਦਾ ਹੈ ਉਹ ਮੰਨ ਜਾਂਦਾ ਹੈ ਕਿ ਉਹ ਇਸ ਲੜਕੇ ਦੀ ਸਾਲ ਦੀ ਫੀਸ ਦੇਵੇਗਾ ਉਹ 125 ਰੁਪਏ ਦਿੰਦਾ ਹੈ ਪਰ ਲੜਕਾ ਇਹ ਪੈਸੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਉਹ ਹੱਕ ਹਲਾਲ ਦੀ ਕਮਾਈ ਕਰਕੇ ਹੀ ਪੈਸੇ ਕਮਾਉਣੇ ਚਾਹੁੰਦਾ ਹੈ ਮਾਸਟਰ ਜੀ ਉਸ ਲੜਕੇ ਦੀ ਤਾਰੀਫ ਕਰਦੇ ਹਨ ਇੰਨੇ ਨੂੰ 13 ਨੰਬਰ ਬੱਸ ਆ ਜਾਂਦੀ ਹੈ ਹੁਣ ਅਸੀਂ ਕਰਾਂਗੇ ਇਸ ਪਾਠ ਦੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਕਿਰਤ ਦਾਸ ਸਤਕਾਰ ਇਕਾਂਗੀ ਵਿੱਚ ਕਿਹੜੇ-ਕਿਹੜੇ ਪਾਤਰ ਹਨ ਅਤੇ ਕਿਹੜੇ ਪਾਤਰ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ ਇਸ ਦਾ ਉੱਤਰ ਆਏਗਾ ਕਿਰਤ ਦਾਸ ਸਤਕਾਰ ਇਕਾਂਗੀ ਵਿੱਚ ਕੇਸਰ ਇੱਕ ਪੜ੍ਹੀ ਲਿਖੀ ਇਸਤਰੀ ਇੱਕ ਸੇਠ ਕ੍ਰਿਸ਼ਨ ਬੂਟ ਪਾਲਿਸ਼ ਕਰਨ ਵਾਲਾ ਲੜਕਾ ਅਧਿਆਪਕ ਸਕੂਲ ਦੇ ਲੜਕੇ ਆਦ ਪਾਤਰ ਹਨ ਅਤੇ ਇਕਾਂਗੀ ਦੀ ਸਾਰੀ ਕਹਾਣੀ ਕ੍ਰਿਸ਼ਨ ਜੋ ਕਿ ਬੂਟ ਪਾਲਿਸ਼ ਕਰਨ ਵਾਲਾ ਲੜਕਾ ਦੇ ਆਲੇ ਦੁਆਲੇ ਘੁੰਮਦੀ ਹੈ ਨੈਕਸਟ ਆਏਗਾ ਕ੍ਰਿਸ਼ਨ ਕਿਹੋ ਜਿਹਾ ਲੜਕਾ ਹੈ ਉਹ ਬੂਟ ਪਾਲਿਸ਼ ਕਿਉਂ ਕਰਦਾ ਹੈ ਇਸ ਦਾ ਉੱਤਰ ਲਿਖਾਂਗੇ ਕ੍ਰਿਸ਼ਨ ਬਹੁਤ ਹੀ ਮਿਹਨਤੀ ਅਤੇ ਬਹਾਦਰ ਲੜਕਾ ਹੈ ਉਹ ਆਪਣੀ ਸਕੂਲ ਦੀ ਫੀਸ ਅਤੇ ਕਿਤਾਬਾਂ ਦਾ ਖਰਚਾ ਕੱਢਣ ਲਈ ਬੂਟ ਪਾਲਿਸ਼ ਕਰਦਾ ਹੈ ਨੈਕਸਟ ਕੁਐਸਚਨ ਆਏਗਾ ਸੇਠ ਨੇ ਕ੍ਰਿਸ਼ਨ ਨੂੰ ਕਿਉਂ ਮਾਰਿਆ ਇਸ ਦਾ ਉੱਤਰ ਲਿਖਾਂਗੇ ਸੇਠ ਨੇ ਕ੍ਰਿਸ਼ਨ ਨੂੰ ਇਸ ਲਈ ਮਾਰਿਆ ਕਿਉਂਕਿ ਉਸਨੇ ਆਪਣੀ ਮਿਹਨਤ ਮੁਤਾਬਕ ਬੂਟ ਪਾਲਿਸ਼ ਕਰਨ ਦੇ 50 ਪੈਸੇ ਮੰਗੇ ਸਨ ਪਰ ਸੇਠ ਉਸ ਨੂੰ 25 ਪੈਸੇ ਹੀ ਦੇ ਗਿਧਾ ਸੀ ਇਸ ਕਰਕੇ ਬਹਿਸ ਹੋ ਗਈ ਸੀ ਅਤੇ ਸੇਠ ਨੇ ਕ੍ਰਿਸ਼ਨ ਨੂੰ ਬੂੜ ਦਾ ਠੁੱਡਮਾਰ ਦਿੱਤਾ ਸੀ ਨੈਕਸਟ ਕੁਐਸਚਨ ਆਏਗਾ ਪੰਚਾ ਨੇ ਸੇਠ ਨੂੰ ਕੀ ਡੰਡ ਲਾਇਆ ਇਸ ਦਾ ਉੱਤਰ ਲਿਖਾਂਗੇ ਡਾਂਡੁੰਦਾ ਜੁਰਮਾਨਾ ਇਸ ਦਾ ਉੱਤਰ ਆਏਗਾ ਪੰਚਾ ਨੇ ਸੇਠ ਨੂੰ ਇਹ ਡੰਡ ਲਾਇਆ ਕਿ ਉਹ ਕ੍ਰਿਸ਼ਨ ਦੀ ਸਾਲ ਪਰ ਦੀ ਫੀਸ ਦੇਵੇ ਨੈਕਸਟ ਕੁਐਸਚਨ ਸੇਠ ਦੇ ਰੁਪਏਾਂ ਦਾ ਕੀ ਕੀਤਾ ਗਿਆ ਇਸ ਦਾ ਉੱਤਰ ਆਏਗਾ सेठ ਵੱਲੋਂ ਦਿੱਤੇ ਰੁਪਿਆ ਨੂੰ ਸਕੂਲ ਦੇ ਫੰਡ ਲਈ ਰੱਖ ਲਿਆ ਨੈਕਸਟ ਕੁਐਸਚਨ ਕਿਰਤ ਦਾ ਸਤਿਕਾਰ ਇਕਾਂਗੀ ਤੋਂ ਕੀ ਸਿੱਖਿਆ ਮਿਲਦੀ ਹੈ ਆਪਣੇ ਸ਼ਬਦਾਂ ਵਿੱਚ ਲਿਖੋ ਇਸ ਦਾ ਉੱਤਰ ਆਏਗਾ ਕਿਰਤ ਦਾ ਸਤਿਕਾਰ ਇਕਾਂਗੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਕਿਰਤ ਕਰਨ ਵਾਲਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਗਿਆ ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ ਸਭ ਤੋਂ ਪਹਿਲਾ ਮੁਹਾਵਰਾ ਹੈ ਮੌਜਾ ਮਾਨਣਾ ਜਿਸ ਦਾ ਅਰਥ ਹੈ ਆਨੰਦ ਲੈਣਾ ਜਾਂ ਫਿਰ ਖੁਸ਼ੀ ਮਨਾਉਣਾ ਇਸ ਦਾ ਵਾਕ ਬਣਾਵਾਂਗੇ ਨਲਾਇਕ ਵਿਦਿਆਰਥੀ ਪੜਨ ਦੀ ਥਾਂ ਮੌਜਾ ਮਾਰਦੇ ਫਿਰਦੇ ਹਨ ਦੂਸਰਾ ਕੋੱਡੀ-ਕੋੱਡੀ ਜੋੜਨਾ ਕੋੱਡੀ ਹੁੰਦੇ ਆ ਪੈਸੇ ਤੇ ਇਹਦਾ ਅਰਥ ਹੈਗਾ ਪੈਸਾ ਪੈਸਾ ਇਕੱਠਾ ਕਰਨਾ ਤੇ ਇਸ ਦਾ ਵਾਕ ਬਨੇਗਾ ਮਿਹਨਤੀ ਲੋਕ ਕੋਡੀ ਕੋਡੀ ਜੋੜ ਕੇ ਗੁਜ਼ਾਰਾ ਕਰਦੇ ਹਨ ਤੀਸਰਾ ਆਏਗਾ ਰੰਗੇ ਹੱਥੀ ਫੜਨਾ ਇਹਦਾ ਅਰਥ ਹੁੰਦਾ ਹੈ ਮੌਕੇ ਤੇ ਹੀ ਫੜ ਲੈਣਾ ਫੜ ਲੈਣਾ ਪੜ ਲੈਣਾ ਨਹੀਂ ਫੜ ਲੈਣਾ ਇਹਦਾ ਵਾਕ ਬਨੇਗਾ ਥਾਣੇਦਾਰ ਨੇ ਸਿਪਾਹੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜ ਲਿਆ ਨੈਕਸਟ ਆਏਗਾ ਡੰਡ ਲਾਉਣਾ ਡੰਡ ਲਾਉਣਾ ਮਤਲਬ ਜੁਰਮਾਨਾ ਲਾਉਣਾ ਇਸ ਦਾ ਵਾਕ ਬਣੇਗਾ ਉਸ ਨੂੰ ਕੰਮ ਨਾ ਕਰਨਤੇ ਡੰਡ ਲਾਇਆ ਗਿਆ ਨੈਕਸਟ ਆਏਗਾ ਸਫਾਈ ਪੇਸ਼ ਕਰਨਾ ਇਸ ਦਾ ਅਰਥ ਹੈ ਆਪਣੇ ਆਪ ਨੂੰ ਬੇਦੋਸ਼ਾ ਸਿੱਧ ਕਰਨ ਦੀ ਕੋਸ਼ਿਸ਼ ਕਰਨਾ ਇਸ ਦਾ ਵਾਕ ਬਣਾਵਾਂਗੇ ਜਦੋਂ ਮੈਂ ਸੰਤੂ ਨੂੰ RAM ਨੂੰ ਕੁੱਟਣ ਬਾਰੇ ਪੁੱਛਿਆ ਤਾਂ ਉਹ ਅੱਗੋਂ ਆਪਣੀ ਸਫਾਈ ਪੇਸ਼ ਕਰਨ ਲੱਗ ਪਿਆ ਨੈਕਸਟ ਹੈ ਹੱਕ ਹਲਾਲ ਦੀ ਕਮਾਈ ਕਰਨਾ ਮਤਲਬ ਆਪਣੀ ਮਿਹਨਤ ਦੀ ਕਮਾਈ ਕਰਨਾ ਇਸ ਦਾ ਵਾਕ ਬਣੇਗਾ ਸਦਾ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ ਹੁਣ ਨੈਕਸਟ ਹੈ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਸਭ ਤੋਂ ਪਹਿਲੇ ਕੰਮ ਕਰਨ ਨਾਲ ਸਰੀਰ ਅਰੋਗ ਰਹਿੰਦਾ ਹੈ ਦੂਸਰਾ हथी कम करने हिरदा शुद्ध हों है तीसरा किरत शांति मिलती है चौथा मेहनत कर सफलता प्राप्त होंगी है अगे आएगा औखे शब्दों के अर्थ सब तो पहले लाइन यद अर्थ आएगा कतार दूसरा काहल इस अर्थ छेती तीसरा तंदा ਇਸ ਦਾ ਅਰਥ ਹੈ ਕਮ ਪੰਜਵਾਂ ਆਏਗਾ ਆਸਰੇ ਆਸਰੇ ਦਾ ਅਰਥ ਆਏਗਾ ਸਹਾਰੇ ਨੈਕਸਟ ਹੈ ਅਹਮਕ ਅਹਮਕ ਮਤਲਬ ਮੂਰਖ ਨੈਕਸਟ ਆਏਗਾ ਰੰਗੇ ਹੱਥੀ ਰੰਗੇ ਹੱਥੀ ਮਤਲਬ ਮੌਕੇ ਤੇ ਹੀ ਨੈਕਸਟ ਚਤਨ ਇਹਦਾ ਅਰਥ ਹੁੰਦਾ ਹੈ ਚਲਾਕ ਜਾਂ ਫਿਰ ਹੁਸ਼ਿਆਰ ਨੈਕਸਟ ਕਿਰਤ ਕਿਰਤ ਕਹਿੰਦੇ ਨੇ ਕੰਮ ਨੂੰ ਜਾਂ ਫਿਰ ਮਿਹਨਤ ਨੂੰ ਅਗਲਾ ਕੰਮੀ ਕੰਮੀ ਮਤਲਬ ਕਾਮਾ ਜਾਂ ਫਿਰ ਮਜ਼ਦੂਰ ਨੈਕਸਟ ਖੜੇ ਪੈ ਗਿਆ ਮਤਲਬ ਮਗਰ ਹੀ ਪੈ ਗਿਆ ਨੈਕਸਟ ਆਏਗਾ ਜਾਤੀ ਜਾਤੀ ਹੁੰਦਾ ਵਦਿੱਕੀ ਨਿਰਾਦਰ ਮਤਲਬ અપਮਾਨ ਗੌਰਵ ਦਾ ਮਤਲਬ ਮਾਨ ਐਸੀ ਸਾਡਾ ਪਾਠ ਕਿਰਤ ਦਾ ਸਤਿਕਾਰ ਜੋ ਕੀ ਗਈ ਕੰਗੀ ਸੀ ਆਸ ਕਰਦੀਆਂ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਵੇਗੀ ਅਗਰ ਵੀਡੀਓ ਵਧੀਆ ਲੱਗੀ ਹੋਵੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ